ਲੇਬਰ ਪੇਨ ਦੇ ਵਿੱਚ ਆਵਾਜ਼ਾਂ ਮਾਰਦੀ ਰਹਿ ਗਈ ਮਹਿਲਾ। ਪਰਿਵਾਰਕ ਮੈਂਬਰਾਂ ਨੂੰ ਖੁਦ ਹੀ ਕਰਨੀ ਪਈ ਡਿਲੀਵਰੀ। ਵੇਖੋ ਇਸ ਹਸਪਤਾਲ ਦੇ ਹਾਲਾਤ। ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗਰਭਵਤੀ ਮਹਿਲਾ ਜਿਹੜੀ ਕਿ ਲੇਬਰ ਪੇਨ ਦੇ ਵਿੱਚ ਤੜਫ ਰਹੀ ਸੀ, ਚੀਕਾਂ ਮਾਰ ਰਹੀ ਸੀ, ਜਿਸਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸਦੇ ਜਣੇਪੇ ਦਾ ਟਾਈਮ ਆ ਗਿਆ ਹੈ ਅਤੇ ਉਸਨੂੰ ਵੇਖ ਲਵੋ। ਪਰਿਵਾਰਕ ਮੈਂਬਰ ਵੀ ਨੇ ਜਿਹੜੇ ਉਹਨਾਂ ਦੇ ਵੱਲੋਂ ਸਟਾਫ ਨੂੰ ਕਿਹਾ ਗਿਆ ਕਿ ਜਿਹੜੀ ਉਹਨਾਂ ਦੀ ਬੇਟੀ ਹੈ ਉਸਨੂੰ ਲੇਬਰ ਪੇਨ ਸਟਾਰਟ ਹੋ ਗਿਆ ਹੈ, ਤੁਸੀਂ ਆ ਕੇ ਦੇਖ ਲਓ। ਪਰ ਸਟਾਫ ਹੈ ਜਿਹੜਾ ਉਸਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਵੇਟ ਕਰੋ। ਪਰ ਇਸ ਦੌਰਾਨ ਜਦੋਂ ਹਸਪਤਾਲ ਦੇ ਬੈੱਡ ਦੇ ਉੱਤੇ ਹਾਲੇ ਜਾ ਕੇ ਉਸ ਲੜਕੀ ਨੂੰ ਲਿਟਾਇਆ ਹੀ ਜਾਂਦਾ ਹੈ ਅਤੇ ਉਸਦੇ ਵੱਲੋਂ ਬੱਚੀ ਨੂੰ ਜਨਮ ਦੇ ਦਿੱਤਾ ਜਾਂਦਾ ਹੈ ਅਤੇ ਇਸ ਦੌਰਾਨ ਪਰਿਵਾਰਕ ਮੈਂਬਰ ਦੇ ਵਿੱਚ ਜਿਹੜੀਆਂ ਲੇਡੀਜ਼ ਮੌਜੂਦ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਖੁਦ ਹੀ ਡਿਲੀਵਰੀ ਕੀਤੀ ਗਈ, ਕਿਉਂਕਿ ਸਟਾਫ ਵਾਲਾ ਕੋਈ ਉੱਥੇ ਆ ਨਹੀਂ ਸੀ ਰਿਹਾ, ਜਿਨ੍ਹਾਂ ਦੇ ਕਰਕੇ ਪਰਿਵਾਰਕ ਮੈਂਬਰਾਂ ਤੋਂ ਆਪਣੀ ਬੱਚੀ ਦਾ ਰੋਣਾ ਵੀ ਨਹੀਂ ਸੀ ਦੇਖਿਆ ਜਾ ਰਿਹਾ, ਚੀਕਾਂ ਨਹੀਂ ਸੁਣੇ ਜਾ ਰਹੇ ਸੀ, ਕਿਉਂਕਿ ਜਣੇਪੇ ਦਾ ਟਾਈਮ ਜਿਹੜਾ ਉਹ ਨਜ਼ਦੀਕ ਸੀ, ਜਿਸ ਦੌਰਾਨ ਉਹਨਾਂ ਨੇ ਫਿਰ ਲੇਡੀਜ਼ ਦੇ ਵੱਲੋਂ ਆਪਣੇ ਆਪ ਹੀ ਜਿਹੜੀ ਉਸ ਲੜਕੀ ਦੀ ਡਿਲੀਵਰੀ ਉਹ ਕੀਤੀ ਗਈ ਅਤੇ ਉਸਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ। ਪਰ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਹਸਪਤਾਲ ਦੇ ਵਿੱਚ ਲੇਡੀ ਮੌਜੂਦ ਸੀ ਨਾ ਕਿ ਉਹ ਬਾਹਰ ਸੀ, ਹਸਪਤਾਲ ਦੇ ਵਿੱਚ ਮੌਜੂਦ ਹੋਣ ਦੇ ਬਾਅਦ ਵੀ ਉਸਦੀ ਸਹਾਇਤਾ ਨਹੀਂ ਕੀਤੀ ਗਈ, ਉਸਦੀ ਗੱਲ ਨਹੀਂ ਸੁਣੀ ਗਈ, ਉਹ ਦਰਦ ਦੇ ਵਿੱਚ ਆਵਾਜ਼ਾਂ ਮਾਰਦੀ ਰਹੀ ਪਰ ਉਸਦੀ ਕਿਤੇ ਸੁਣਵਾਈ ਨਹੀਂ ਹੋਈ। ਅਤੇ ਹੁਣ ਇਸ ਦੌਰਾਨ ਸੀਨੀਅਰ ਮੈਡੀਕਲ ਆਫਿਸਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜਿਸ ਦੀ ਗਲਤੀ ਹੋਏਗੀ ਉਸਨੂੰ ਸਜ਼ਾ ਦਿੱਤੀ ਜਾਵੇਗੀ। ਮਾਮਲਾ ਮੈਂ ਗੁੜੀਆ ਲੈ ਕੇ ਭੇਜੀ ਸੀ ਗੁੜੀਆ ਇੱਥੇ, ਇਹਦਾ ਜਨਾਨੀਆਂ ਨਾਲ ਸਾਡੇ ਆਉਂਦੀਆਂ ਹੈ, ਵੈਸੇ ਮੈਡਮਾਂ ਨੇ ਕਿਸੇ ਨੂੰ ਸੁਣਾਈ ਕੀਤੀ ਨਹੀਂ, ਸਾਡੀ ਜਨਾਨੀਆਂ ਨੇ ਆਪ ਨੇ ਸੰਭਾਲਿਆ, ਬੱਚਾ ਵੀ ਅਤੇ ਗੁੜੀਆ ਵੀ ਮੇਰੀ। ਆਸ਼ਾ ਵਰਕਰ ਮਿੰਨਤਾਂ ਕਰਦੀ ਰਹੇਗੀ ਵਿਚਾਰੀ, ਉਹਦੀ ਸੁਣਾਈ ਕੀਤੀ ਨਹੀਂ। ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਚਾਨਕ ਬੰਦਾ ਇਕੱਲਾ ਆਪਦੀ ਜਨਾਨੀ ਨੂੰ ਲੈ ਕੇ ਆ ਜਾਂਦਾ, ਉਹ ਤਾਂ ਮਾਰਿਆ ਜਾਏਗਾ ਫਿਰ ਵਿਚਾਰਾ ਉਹਦਾ। ਇਹ ਤਾਂ ਸਾਡੇ ਤਾਂ ਚਲੋ ਬਰਾਦਰੀ ਕਦੀ ਨਾਲ ਆਉਂਦੀ ਹੈ, ਚਲੋ ਸੰਭਾਲ ਲਿਆ। ਮੇਰੀ ਭੈਣ ਹੈਗੀ ਟਾਲੀਆ ਤੋਂ ਬੁਲਾਏ ਸੀ, ਮੈਂ ਡਾਕਟਰ ਜੀ ਹਸਪਤਾਲ ਦਾ ਸਟਾਫ ਨਹੀਂ ਸੀ, ਸਟਾਫ ਹੈਗੇ ਸੀ, ਸੁਣਾਈ ਕੀਤੀ ਨਹੀਂ, ਆਵਾਜ਼ਾਂ ਮਾਰਦੇ ਰਹੀ ਕੁੜੀਆਂ, ਆਵਾਜ਼ਾਂ ਮਾਰਦੀ ਨਹੀਂ, ਆਸ਼ਾ ਵਰਕਰ ਮਿੰਨਤਾਂ ਕਰਕੇ ਆਈਏ ਫਿਰ ਵੀ ਨਹੀਂ ਆਈ ਹੈ। ਆਸ਼ਾ ਵਰਕਰ ਵਿਚਾਰੀ ਅੱਧੀ ਰਾਤ ਨੂੰ ਫੋਨ ਕਰੋ, ਅੱਧੀ ਰਾਤ ਨੂੰ ਆ ਜਾਂਦੀ ਵਿਚਾਰੀ। ਨਹੀਂ ਫਿਰ ਡਿਲੀਵਰੀ ਹੋਈ ਕਿੱਥੇ? ਇੱਥੇ ਅੰਦਰ ਹੀ। ਕਿੱਥੇ ਜੀ? ਹਸਪੀਟਲ ਤੇ। ਅੱਛਾ, ਕਿੰਨੇ ਬੈੱਡ ਤੇ? ਬੈੱਡ ਤੇ ਹੋਈ ਹੈ। ਅੱਛਾ, ਤੇ ਕੀ ਗੁੜੀਆ ਹੋਈ ਕਿ ਮੁੰਡਾ? ਪੂਰੀ ਗੁੜੀਆ ਹੋਈ ਹੈ। ਕਿੰਨੀ ਕੁ ਤਕਲੀਫ ਸੀਗੀ ਜਦੋਂ? ਤਕਲੀਫ ਬਹੁਤ ਜ਼ਿਆਦਾ ਸੀ, ਫਿਰ ਵੀ ਨਹੀਂ ਸੁਣਾਈ ਕੀਤੀ ਉਹਨਾਂ ਨੇ। ਮੇਰਾ ਨਾਮ ਕੋਇਲ ਹੈਗਾ। ਅੱਛਾ, ਕੀ ਮਾਮਲਾ ਹੈ ਜੀ? ਜਦੋਂ ਜਵਾਕ ਹੋਣ ਆ ਸੀ, ਅਸੀਂ ਅੰਦਰ ਜਾ ਕੇ ਮਿੰਤ ਕੱਢੀ, ਆਸ਼ਾ ਵਰਕਰ ਨੇ ਮਿੰਤ ਕੱਢੀ, ਉਹ ਕਹਿੰਦੇ ਇੱਕ ਵਾਰੀ ਬਾਹਰ ਜਾਓ, ਟਾਈਮ ਨਹੀਂ ਹੈਗਾ, ਟਾਈਮ ਨਹੀਂ ਹੈਗਾ। ਤੇ ਮੈਂ ਕਹੀ ਜਾਂਦੀ ਸੀ ਵੀ ਮੈਨੂੰ ਦਰਦ ਹੈਗੀ, ਤੁਸੀਂ ਆ ਕੇ ਤੇ ਤੁਸੀਂ ਮੈਨੂੰ ਸੰਭਾਲੋ। ਉਹ ਮੈਨੂੰ ਨਹੀਂ ਸੰਭਾਲਿਆ, ਮੈਨੂੰ ਕਹਿੰਦੀ ਬੈੱਡ ਤੇ ਲਿਟਾਓ, ਇੱਥੇ ਮੈਂ ਆ ਕੇ ਲੇਟਿਆ ਤੇ ਜੁਆਕ ਹੋ ਗਿਆ। ਇਹਦੇ ਬਾਰੇ ਮੈਨੂੰ ਹੁਣੇ ਹੀ ਪਤਾ ਲੱਗਿਆ, ਮੈਂ ਇਸ ਬਾਰੇ ਡਿਟੇਲਡ ਪਤਾ ਕਰਦਾ ਜੀ, ਇਨਕੁਆਇਰੀ ਕਰਾਂਗੇ, ਜੇ ਕਿਸੇ ਦਾ ਫਾਲਟ ਹੋਇਆ ਉਹਦੇ ਤੇ ਐਕਸ਼ਨ ਵੀ ਹੋਊਗਾ। ਬਟ ਥਿੰਗ ਇਜ਼, ਜਿੰਨਾ ਚਿਰ ਮੈਂ ਡਿਟੇਲਡ ਪਤਾ ਨਹੀਂ ਕਰਦੇ ਉਹਨਾਂ ਚਿਰ ਮੈਂ ਕੁਛ ਕਮੈਂਟ ਨਹੀਂ ਕਰ ਸਕਦਾ। ਇਸ ਚੀਜ਼ ਬਾਰੇ ਪਤਾ ਕਰ ਲੈਂਦੇ ਹਾਂ ਜੀ, ਜੋ ਡਿਟੇਲਡ ਇਨਫੋਰਮੇਸ਼ਨ ਆਉਂਦੀ ਹੈ, ਪਰਿਵਾਰ ਨੂੰ ਵੀ ਬੁਲਾ ਕੇ ਪੁੱਛਾਂਗੇ ਕੀ ਇਸ਼ੂ ਹੈ ਕੀ ਨਹੀਂ। ਜੇ ਕਿਸੇ ਦਾ ਫਾਲਟ ਹੋਇਆ ਨੋ ਡਾਊਟ ਉਹਨੂੰ ਸਜ਼ਾ ਮਿਲੂਗੀ, ਉਹਨੂੰ ਜੋ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਊਗੀ। ਪਤਾ ਕਰੇ ਤੋਂ ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ, ਕੀ ਰੀਜ਼ਨ ਸੀਗਾ, ਉਸ ਤੋਂ ਆਪਾਂ ਡਿਟੇਲਡ ਫੇਰ ਹੀ ਇਨਫੋਰਮੇਸ਼ਨ ਦੇ ਪਾਵਾਂਗੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਫਾਜ਼ਿਲਕਾ ਤੋਂ ਬਖਸ਼ੀਸ਼ ਸਿੰਘ ਦੀ ਰਿਪੋਰਟ।